और मैं कोई ज्यादा सख्त तबीयत का थानेदार है और मेरा नाम साजन कुमार माही और मेरा हुक्म है जे कोई भुखी वाला आ गया फिर जनाब भुखी वाला कहने आए छेती आए जरूर पठियांग माल होना रब करे पठियां लुकई हो खावांगे जे कले पठे हुए फिर तू खाली सारा चंगी जबानी बोलेगा मैं तड़के उठ के प्रार्थना करता हे रब्बा चोर फड़ाई डाकू फड़वाई समगल फड़ाई ते मुर्गे दी टंगा खवाई तू चाकी जाने हो चाहे घेरो नू चल बीबी तेरी तलाशी लैनी है साहब ने बीबी बीबी असी मुलजमान ठंडे भी हैं ते मिठे भी हैं नरम भी हैं ते गरम भी हैं तू साफ साफ दस दे तेरे पठ्या च की है ए बड्डिया गरमा मेरे पठ्या दे विच दात्री हूं फेरा तेरी तौन ते ए तू ओदी तौन ते फेर जिन्हें तेनू अफसरां ने बोलनी तभी सिखाई है आ तेनू मैं दस दिया तू आपदे हरे पठे पशुआं नू पा के उन्हां नू जखाम करदी है और इस जुल्म दे विच मैं तेनू अरेस्ट कर सकदा मैं फिर भी तू तेनू मैं छड्दा तू जा सकदी ए बड्डा ए चलान कट्टण वाला ए मस्तंडे रोज इत्थे आके खड़ जांदे ने किसे थां दे ना हुण तू छड्ड दे मैं दसदा मेरा ना जी सुरजन थोड़ी बेबे गाँदी होंदी सी ना तेरी कोड़ी शिंगारी से तारे हाँ दे नार माँ दे आसुर जेना आई गाउजी हुंदी सी मेरा बड़ा प्राप मर गया सी पता ना सोच रही सी आई बैर पाउजी हुंदी तू चुप कर रहे तुझे मैंने ये दसो भी ये पोटले बिच फी में के डोडे है कौन कौन कह रहा जनाब डोडे है जे डोडे हुंदे असी थोड़े कोल खड़ना सी ਅਸੀਂ ਹੁਣ ਨੂੰ ਹੋਣਾ ਸੀ ਬੰਬੇ ਉੱਥੇ ਕਿਸੇ ਕਲੱਬ ਦੇ ਵਿੱਚ ਹੀਰੋਇਨ ਦੇ ਨਾਲ ਅਸੀਂ ਕਰਦੇ ਹੁੰਦੇ ਡਾਂਸ ਤੇ ਹੁਣ ਅਸੀਂ ਡਾਂਸ ਕਰਿਆ ਕਰਾਂਗੇ ਲੈ ਫੜਾ ਮੈਨੂੰ ਓ ਜਨਾਬ ਇਹਨਾਂ ਡੋਡੇ ਹੈ ਨਾ ਫੀਮ ਹੈ ਇਹ ਤਾਂ ਦਾਣੇ ਨੇ ਅਸੀਂ ਪੱਠੀ ਤੇ ਪਨੌੜ ਚੱਲੇ ਆ ਜਾ ਭੱਜ ਜਾ ਜਲਦੀ ਜਲਦੀ ਭੱਜ ਇਹ ਵੀ ਫੈਲ ਫੋਕ ਹੀ ਗਿਆ ਕਿੱਥੋਂ ਨੰਗ ਲਾ ਕੇ ਡਿਊਟੀ ਲਵਾ ਬੈਠੇ ਹੁਣ ਤਾਂ ਲੱਗਦਾ ਬੱਚਾ ਵਾਸਤੇ ਬੁਲਬਲੇ ਵੀ ਉਧਾਰ ਹੀ ਲਿਜਾਣੇ ਪੈਣਗੇ सानू भी सौ काम ने ना तेरे मुंह चक के इधर नु जे तुरी आने हो जाके अपने सवा सौ काम पूरे करो ना कमल की आ दाने बनाना भी तो काम ही है बड़ा जरूरी काम तू हिसाब ला भावे सानू दाने हजम नहीं होंदे ठीक ना असी दाने खाने आ ठीक फिर भी जिद्दन दी तू पट्ठी पिंड च ताई है असी बिना नागा तेरी चौकी भर लाउने आ जय हो पारो मर जानियो जे तुसी दाने खाने मरने नहीं होंदे फिर पनाण क्यों आने तुसी तेरे खुश्क मक्की दे दाने नहीं मित्रा ने नहीं चबने सच्ची गल तो ये पारो भाई दाने दुने बना तो मैं बहाना ही है इधर तेरे दर्शन के भुखे हाँ
ਸਾਡੇ ਕੋਲ ਤਾਂ ਅੱਜ ਦਾਣੇ ਵੀ ਹੈ ਨਹੀਂ। ਕਿਉਂ ਕੀ ਗੱਲ, ਅੱਜ ਦਾ ਨਹੀਂ ਲੱਗਾ ਚੋਰੀ ਕਰਨ ਦਾ? ਇਹ ਗੱਲ ਸੁਣ ਪਾਰੋ, ਆ ਚੋਰੀ ਚਾਰੀ ਵਾਲਾ ਨਾ ਸਾਡੇ ਤੇ ਇਲਜ਼ਾਮ ਨਾ ਲਾਈ। ਮੈਂ ਕਹਿੰਦਾ ਅਸੀਂ ਬੁੱਢੇ ਹੋ ਕੇ ਮਰ ਗਏ, ਜੇ ਅੱਜ ਦਾ ਕਿਸੇ ਦਾ ਡੱਕਾ ਵੀ ਚੱਕਾ ਹੋਇਆ। ਓਏ ਅਮਲੀਓ, ਕੀ ਗੱਪਾਂ ਮਾਰਨ ਲੱਗੇ ਹੋਏ ਤੁਸੀਂ ਇੱਥੇ? ਉਹ ਗੱਲ ਸੁਣਾ ਬੋਲਿਆ, ਤੈਨੂੰ ਮੈਂ ਦੱਸਾਂ, ਐਵੇਂ ਨਾ ਫਾਲਤੂ ਬੋਲਿਆ ਕਰ, ਤੂੰ ਹੈਗਾ ਨੌਕਰ ਤੇ ਨੌਕਰ ਬਣ ਕੇ ਰਿਹਾ ਕਰ। ਗੱਲ ਸੁਣੋ, ਮੈਂ ਤੁਹਾਡਾ ਨੌਕਰ ਨਹੀਂ। ਚੱਲ ਫੌਜੀ ਸਾਹਿਬ ਦਾ ਸਹੀ, ਪਰ ਹੈ ਤਾਂ ਨੌਕਰੀ। ਤੁਸੀਂ ਕੀ ਹੋ? ਅਸੀਂ ਮਾਲਕ ਹਾਂ, ਆਪਣੀ ਮਰਜ਼ੀ ਦੇ ਮਾਲਕ ਹਾਂ, ਜਿਹੜਾ ਕਹਾਂਦਾ ਚਿੱਤ ਚੋ ਅਸੀਂ ਕਰਦੇ ਹਾਂ। ਗੱਲਾਂ ਮਾਰਦਾ ਵੱਡਾ ਹੈ, ਤੂੰ ਆਪਣਾ ਇੱਥੋਂ ਦਾਣੇ ਬਣਾ, ਤੇ ਦਾਣੇ ਬਣਾ ਕੇ ਇੱਥੋਂ ਤੁਰਦਾ ਫਿਰਦਾ ਨਜ਼ਰ ਆ। ਤੇਰੇ ਦਾਣੇ ਸੜ ਗਏ ਪਾਰੋ, ਉਹ ਕੀ ਕੋੜੀ ਦੇ ਮੂੰਹ ਵੱਲ ਦੇਖੀ ਜਾਂਦੀ ਹੈ, ਜਿਵੇਂ ਉਹਦੇ ਮੂੰਹ ਦੇ ਚਿੱਤਰਹਾਰ ਚੱਲਦਾ ਹੋਵੇ। ਜੇ ਕਿਤੇ ਪਾਰੋ ਮੇਰੇ ਮੂੰਹ ਵੱਲ ਐ ਟੈਕਟਿਕੀ ਲਾ ਕੇ ਦੇਖ ਲਵੇ ਨਾ, ਸੌਂ ਬਾਬੇ ਭੂੰਡ ਵਾਲਿਆਂ ਦੀ, ਜੇ ਤੈਨੂੰ ਪੂਰੀ ਦੀ ਪੂਰੀ ਫਿਲਮ ਨਾ ਮੇਰੇ ਮੂੰਹ ਤੇ ਦਿਸੇ ਤਾਂ ਭਜਨਾ ਵਾਲੀ ਨਾ ਕਹੀਂ। ਤੇਰੇ ਥੋਬੜੇ ਤੇ ਨਾ ਇੱਕੋ ਹੀ ਮਸ਼ਹੂਰੀ ਚੰਗੀ ਲੱਗਣੀ ਹੈ। ਕਿਹੜੀ ਪਾਰੋ? ਕੀੜੇ ਮਾਰ ਦਵਾਈ ਦੀ। ਕਿਵੇਂ ਖੜੇ ਹੋ ਠੱਗੋ? ਆ ਠੀਕ ਹੈ, ਅਸੀਂ ਠੱਗ ਤੇ ਤੁਸੀਂ ਠੱਗਾ ਦੇ ਸਰਪੰਚ। ਮਾਰੇ ਗਿੱਟਿਆਂ 'ਚ ਸੁੜ ਗਿਆ। ਆ ਗੱਲ ਸੁਣੋ, ਜ਼ੁਬਾਨ ਸੰਭਾਲ ਕੇ ਗੱਲ ਕਰਿਆ ਕਰੋ। ਮੈਂ ਅਮਲੀ ਸਮਝ ਕੇ ਤੁਹਾਨੂੰ ਕੁਝ ਕਹਿੰਦਾ ਨਹੀਂ ਤੇ ਤੂੰ ਵੀ ਮੂੰਹ ਨੂੰ ਚੁੰਡੀ ਲਾ ਕੇ ਰੱਖਿਆ ਕਰ। ਕੀ ਗੱਲ ਸਰਪੰਚ ਸਾਹਿਬ, ਅੱਜ ਇਹਨਾਂ ਅਮਲੀਆਂ ਦਾ ਗੁੱਸਾ ਕਰੀ ਜਾਂਦੇ ਹੋ? ਤੂੰ ਤੇ ਸਿਆਣੀ ਕੁੜੀ ਹੈ ਪਾਰੋ, ਤੈਨੂੰ ਤੇ ਪਤਾ ਹੀ ਹੈ ਕਿ ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਸਰਪੰਚ ਨੂੰ ਹੀ ਵੇਖਣੀਆਂ ਪੈਂਦੀਆਂ ਨੇ। ਸਰਪੰਚ ਸਾਹਿਬ, ਇਹੋ ਜਿਹੀ ਕਿਹੜੀ ਸਮੱਸਿਆ ਆ ਗਈ? ਕੀ ਦੱਸਾਂ ਕਾਕਾ, ਤੁਸੀਂ ਮੰਨਣਾ ਹੈ ਕਿਤੇ? ਜੇ ਤੁਸੀਂ ਦੱਸੋਗੇ ਸ਼ਾਇਦ ਮੰਨਣੀ ਚਾਹੀਏ। ਵੀ ਰੌਲਾ ਪੈ ਰਿਹਾ ਹੈ ਕਿ ਸਾਡੇ ਪਿੰਡ ਵਿੱਚ ਭੂਤ ਆ ਗਿਆ ਹੈ। ਵੀ ਵੇਖਣ ਵਾਲੇ ਤੇ ਇਹ ਵੀ ਦੱਸਦੇ ਨੇ ਕਿ ਦਿਨ ਦੇ ਵੇਲੇ ਉਹ ਭੂਤ ਕਿਤੇ ਚਲਾ ਜਾਂਦਾ ਹੈ ਤੇ ਰਾਤ ਨੂੰ ਖੰਨਾ ਸਾਹਿਬ ਦੇ ਘਰ ਵੜ ਜਾਂਦਾ ਹੈ। ਅੱਛਾ 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 ਅੱਛਾ, ਮੈਂ ਵੀ ਕਹਾਂ ਕਿ ਰਾਤ ਨੂੰ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ? ਕਿਸ ਤਰ੍ਹਾਂ? ਅੱਛਾ ਕੱਲ ਰਾਤ ਦੀ ਗੱਲ ਹੈ, ਮੈਂ ਮੰਜਾ ਡਾਹ ਕੇ ਸੁੱਤਾ ਸੀ ਕੋਠੇ ਤੇ, ਵੀ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਸਮੇਤ ਮੰਜੇ ਬੂਹੇ ਤੋਂ ਬਾਹਰ ਸੁੱਤਾ ਪਿਆ ਸੀ। ਵੀ ਮੈਂ ਖੰਨਾ ਸਾਹਿਬ ਨੂੰ ਜਾ ਕੇ ਪੁੱਛਦਾ ਕਿਤੇ ਭੂਤ ਉਹਨਾਂ ਨੂੰ ਤੰਗ ਤਾਂ ਨਹੀਂ ਕਰਦਾ। ਦੋ ਗੱਲਾਂ ਕਰੀਏ ਬਹਿ ਜਾ ਮੇਰੇ ਕੋਲ ਦੋ ਗੱਲਾਂ। ਸਰ ਸਰ ਤੁਸੀਂ? ਜੈ ਹਿੰਦ ਸਰ। ਜੈ ਹਿੰਦ ਨੰਬਰ 918। ਯੈਸ ਸਰ। ਤੂੰ ਪਿਛਲੇ 2 ਮਹੀਨਿਆਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਤੇ ਹਾਲੇ ਤੱਕ ਇਸ ਕੇਸ ਦੀ ਇਨਵੈਸਟੀਗੇਸ਼ਨ ਦੀ ਕੋਈ ਰਿਪੋਰਟ ਹੀ ਨਹੀਂ ਭੇਜੀ। ਯੂ ਨੋ ਬੈਟਰ ਸਰ, ਐਕਚੁਅਲੀ ਦਿਸ ਕੇਸ ਇਜ਼ ਵੈਰੀ ਡਿਫੀਕਲਟ ਐਂਡ ਕ੍ਰਿਟੀਕਲ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਬੜੀ ਮੁਸ਼ਕਲ ਨਾਲ ਨੌਕਰ ਬਣ ਕੇ ਖੰਨਾ ਸਾਹਿਬ ਦੀ ਉਸ ਕੋਠੀ ਵਿੱਚ ਪਹੁੰਚ ਗਿਆ ਜਿੱਥੋਂ ਸਾਧੂ ਤੇ ਸ਼ਾਂਤੀ ਦੇਵੀ ਭੇਦ ਭਰੀ ਹਾਲਤ ਵਿੱਚ ਲਾਪਤਾ ਹੋਏ ਸੀ। ਸਰ ਮੈਨੂੰ ਕੁਝ ਹੋਰ ਵਕਤ ਚਾਹੀਦਾ, ਮੇਰੇ ਹੱਥ ਠੋਸ ਸਬੂਤ ਲੱਗ ਜਾਣ, ਫਿਰ ਆਪਾਂ ਇਸ ਗੁੱਥੀ ਨੂੰ ਜਲਦ ਤੋਂ ਜਲਦ ਸੁਲਝਾ ਲਾਂਗੇ ਤੇ ਇਸ ਦੇ ਨਾਲ ਹੀ ਨਾਲ ਉਸ ਕਰੋੜਾਂ ਰੁਪਈਏ ਦੇ ਖਜ਼ਾਨੇ ਦਾ ਵੀ ਪਤਾ ਲਾ ਲਾਂਗੇ ਕਿ ਆਖਿਰਕਾਰ ਉਹ ਖਜ਼ਾਨਾ ਕਿਆ ਕਿਤੇ।